ਪਿਛਲੇ ਐਪੀਸੋਡ 'ਚ ਕੁਝ ਕਮੀਆਂ ਕਰਕੇ ਮੈਂ ਡੇਂਜਰ ਜ਼ੋਨ ਵਿੱਚ ਆ ਗਿਆ ਸੀ, ਪਰ ਇਸ ਵਾਰ ਮੈਂ ਬਹੁਤ ਜ਼ਿਆਦਾ ਮਿਹਨਤ ਕਰਕੇ ਆਇਆ, ਪਰ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗਾ ਕਿ ਮੈਂ ਵਧੀਆ ਗਾਵਾਂ ਅਤੇ ਸੇਫ ਹੋ ਕੇ ਅੱਗੇ ਜਾਵਾਂ। ਚਰਖੇ ਦੀ ਫੂਕ ਸੁਣ ਕੇ ਜਿੰਦੇ ਮੇਰੀਏ, ਜਿੰਦੇ ਮੇਰੀਏ, ਜਿੰਦੇ ਮੇਰੀਏ, ਜਿੰਦੇ ਮੇਰੀਏ, ਜਿੰਦੇ ਮੇਰੀਏ। ਰੋਮੀ ਸਾਡਾ 5 ਨੰਬਰ ਕੰਟੈਸਟੈਂਟ ਜੀ, ਰੋਸ਼ਨ ਭਾਜੀ ਜਾਨ ਕੱਢ ਲਈ ਯਾਰ ਗਾ ਕੇ, ਬਹੁਤ ਪਿਆਰਾ ਗਾਇਆ, ਬਹੁਤ ਸੋਹਣਾ ਗਾਇਆ। ਥੈਂਕ ਯੂ ਸਰ। ਔਰ ਜਿਵੇਂ ਦਾ ਡੇਂਜਰ ਜ਼ੋਨ ਮੁਕਾਬਲਾ, ਉਹਦੇ ਵਿੱਚ ਜਿਹੋ ਜਿਹਾ ਗਾਉਣਾ ਚਾਹੀਦਾ ਸੀ ਉਵੇਂ ਗਾਇਆ। ਪੂਜਾ ਜੀ, ਇਹ ਕਿੰਨਵੀਂ ਪਰਫਾਰਮੈਂਸ ਹੈ ਤੁਹਾਡੀ ਡੇਂਜਰ ਜ਼ੋਨ ਦੀ? ਮੈਨੂੰ ਵੀ ਭੁੱਲ ਗਈ ਹੈ ਮੈਂ ਜੀ, ਵੱਜਦੇ ਰਹਿੰਦੇ ਆ ਗੇੜੇ। ਅਤੇ ਇੱਕ ਕਮਾਲ ਗੱਲ ਹੈ ਕਿ ਜਦੋਂ ਡੇਂਜਰ ਜ਼ੋਨ 'ਚ ਗਾਉਂਦਾ ਨਾ, ਉਦੋਂ ਵਧੀਆ ਗਾਉਂਦਾ, ਮਤਲਬ ਤਲਵਾਰ ਲਟਕਦੀ ਸੋਹਣੀ ਲੱਗਦੀ ਹੈ ਤੁਹਾਨੂੰ ਆਪਣੇ ਸਿਰ 'ਤੇ। ਅਸਲ 'ਚ ਚੱਕਰ ਪਤਾ ਕੀ ਹੈ, ਇਹਨੇ ਸੋਚਿਆ ਵੀ ਮੈਂ ਨਾ ਹਰ ਐਪੀਸੋਡ 'ਚ ਹੀ ਗਾਉਣਾ। ਪੁਆਇੰਟ, ਇਹ ਸਹੀ ਗੱਲ ਹੈ, ਓਪਰਚੁਨਿਟੀਜ਼ ਹੀ ਹੈ। ਜਿਹੜੇ ਹੁਣ ਡੇਂਜਰ ਜ਼ੋਨ ਵਾਲੇ ਐਪੀਸੋਡ 'ਚ ਨਹੀਂ ਹੈ, ਉਹਨਾਂ ਨੂੰ ਤਾਂ ਮੌਕਾ ਨਹੀਂ ਮਿਲਿਆ ਨਾ ਡੇਂਜਰ ਜ਼ੋਨ ਵਾਲੇ ਐਪੀਸੋਡ 'ਚ ਗਾਉਣ ਦਾ। ਸਚਿਨ ਜੀ ਸਹੀ ਪੁਆਇੰਟ ਹੈ, ਪੁਆਇੰਟ ਸਹੀ ਫੜਿਆ ਤੁਸੀਂ। ਇਹਦਾ ਨਾਮ ਹੈ ਖਤਰੋਂ ਕਾ ਖਿਲਾੜੀ। ਥੈਂਕ ਯੂ ਸਰ। ਯਾਰ ਕਮਾਲ ਕਰਤੀ ਰੋਮੀ। ਇਹ ਪਤਾ ਕੀ ਹੁੰਦਾ ਭਾਅ ਜੀ, ਸੋਰੀ ਮੈਂ ਤੁਹਾਡੀ ਗੱਲ ਠੋਕ ਰਿਹਾ, ਇਹ ਪਹਿਲਾਂ ਕਹਿੰਦਾ ਹੁੰਦਾ ਕਿ ਮੈਨੂੰ ਹੁਣ ਕੱਢੋ, ਜਦੋਂ ਕੱਢਦੇ ਨੇ ਮੈਨੂੰ ਹੁਣ ਕੱਢ ਕੇ ਦਿਖਾਓ, ਹੁਣ ਕੱਢ ਕੇ। ਬਹੁਤ ਅੱਛੇ ਯਾਰ, ਗੋਡ ਬਲੈਸ ਯੂ, ਖੁਸ਼ ਰਹੋ। ਥੈਂਕ ਯੂ ਸਰ। ਰੈਮੀ ਭਾਅ ਜੀ, ਜਿੱਦਾਂ ਕਿ ਪੂਜਾ ਜੀ ਨੇ ਕਿਹਾ ਕਿ ਇਹ ਸਾਡਾ ਜਿਹੜਾ ਖਿਲਾੜੀ ਹੈ, ਇਹ ਬੈਕ ਟੂ ਬੈਕ ਮੇਰੇ ਖਿਆਲ ਜਿਹੜੇ ਵੀ ਹੁਣ ਤੱਕ ਡੇਂਜਰ ਜ਼ੋਨ ਵਾਲੇ ਕੰਟੈਸਟੈਂਟ ਆਏ ਉਹਨਾਂ ਵਿੱਚ ਪਹਿਲਾਂ ਆਉਂਦਾ ਹੀ ਆਉਂਦਾ ਜੀ, ਅਤੇ ਉਹਦੇ ਵਿੱਚ ਇਹੀ ਜਿਹੀ ਛਾਲ ਮਾਰਦਾ ਕਿ ਸਭ ਦਾ ਦਿਲ ਜਿੱਤ ਕੇ ਲੈ ਜਾਂਦਾ ਜੀ। ਤੁਹਾਨੂੂੰ ਇਹਨਾਂ ਦੀ ਪਰਫੋਰਮੈਂਸ ਕਿਹੋ ਜਿਹੀ ਲੱਗੀ? ਬਹੁਤ ਵਧੀਆ ਵੀਰ ਨੇ ਗਾਇਆ ਹੈ ਕਿ ਜ਼ਿੰਦਗੀ ਇੱਕ ਸੰਘਰਸ਼ ਹੈ, ਇਹਨੂੰ ਇਸੇ ਤਰੀਕੇ ਨਾਲ ਨਿਭਾਉਣਾ ਪੈਣਾ ਹੈ। ਬਾਕੀ ਬਹੁਤ ਵਧੀਆ ਗਾਉਂਦਾ ਵੀਰ, ਬਾਕੀ ਮਿਹਨਤ ਕਰੇਗਾ ਤਾਂ ਅੱਗੇ ਪਰਮਾਤਮਾ ਆਪਣੇ ਆਪ ਖੜੇਗਾ ਜੀ। ਥੈਂਕ ਯੂ। ਪ੍ਰਿੰਸ ਫਿਰ ਜੀ, ਜਿਵੇਂ ਭਾਅ ਜੀ ਨੇ ਆਖਿਆ ਸੇਮ ਹੀ ਕਿ ਵਧੀਆ ਕਰੋ ਅਤੇ ਲਾਈਫ 'ਚ ਵਧੀਆ ਕਰਦੇ ਰਹੋ, ਪਰਮਾਤਮਾ ਤੁਹਾਡੀਆਂ ਲੰਮੀਆਂ ਉਮਰ ਕਰੇ, ਜਿਉਂਦੇ ਰਹੋ। ਥੈਂਕ ਯੂ ਜੀ, ਇੱਕ ਵਾਰ ਤਾੜੀਆਂ ਜੀ ਮੰਡਲੀ ਫਿਰ।